ਮੇਰਾ ਨਾਮ ਮਹਿੰਦਰ ਸਿੰਘ, ਮੈਂ ਕਿਸਾਨ ਹੋਣ ਦੇ ਨਾਂ 'ਤੇ ਸਮੂਹ ਸਰਕਾਰ ਨੂੰ, ਸਾਰੀ ਸਰਕਾਰ ਨੂੰ, ਸੈਂਟਰ ਅਤੇ ਪੰਜਾਬ ਗੌਰਮੈਂਟ ਨੂੰ ਬੇਨਤੀ ਕਰਦਾ ਕਿ ਕਿਸਾਨਾਂ ਵਾਸਤੇ ਵੀ ਕੁਝ ਸੋਚਿਆ ਜਾਵੇ। ਜੇ ਕਿਸਾਨ ਖੇਤਾਂ ਵਿੱਚ ਕੰਮ ਕਰਨਗੇ, ਅਗਲੀ ਫਸਲ ਉਗਾਵਾਂਗੇ, ਤਾਂ ਹੀ ਮਜ਼ਦੂਰੀ ਨੂੰ ਕੰਮ ਮਿਲੇਗਾ। ਜੇਕਰ ਮਜ਼ਦੂਰ ਇੱਦਾਂ ਵਿਹਲੇ ਘੁੰਮਦੇ ਰਹਿਣਗੇ, ਉਹਨਾਂ ਦਾ ਘਰ ਦਾ ਖਰਚਾ ਚਲਾਉਣਾ ਬੜਾ ਮੁਸ਼ਕਲ ਹੋ ਗਿਆ, ਕਿਉਂਕਿ ਹਰੇਕ ਪਰਿਵਾਰ ਦੀ ਜ਼ਿੰਮੇਵਾਰੀ ਉਸਦੇ ਇੱਕ ਮੋਹਦਵਾਰ ਬੰਦੇ 'ਤੇ ਹੈਗੀ ਆ। ਮੇਰਾ ਨਾਮ ਮਨਿੰਦਰ ਸਿੰਘ, ਮੈਂ ਕਿਸਾਨ ਹੋਣ ਦੇ ਨਾਂ 'ਤੇ ਸਮੂਹ ਸਰਕਾਰ ਨੂੰ, ਸਾਰੀ ਸਰਕਾਰ ਨੂੰ, ਸੈਂਟਰ ਅਤੇ ਪੰਜਾਬ ਗੌਰਮੈਂਟ ਨੂੰ ਬੇਨਤੀ ਕਰਦਾ ਕਿ ਕਿਸਾਨਾਂ ਵਾਸਤੇ ਵੀ ਕੁਝ ਸੋਚਿਆ ਜਾਵੇ। ਜੇ ਕਿਸਾਨ ਖੇਤਾਂ ਵਿੱਚ ਕੰਮ ਕਰਨਗੇ, ਅਗਲੀ ਫਸਲ ਉਗਾਵਾਂਗੇ, ਤਾਂ ਹੀ ਮਜ਼ਦੂਰੀ ਨੂੰ ਕੰਮ ਮਿਲੇਗਾ। ਜੇਕਰ ਮਜ਼ਦੂਰ ਇੱਦਾਂ ਵਿਹਲੇ ਘੁੰਮਦੇ ਰਹਿਣਗੇ, ਉਹਨਾਂ ਦਾ ਘਰ ਦਾ ਖਰਚਾ ਚਲਾਉਣਾ ਬੜਾ ਮੁਸ਼ਕਲ ਹੋ ਗਿਆ, ਕਿਉਂਕਿ ਹਰੇਕ ਪਰਿਵਾਰ ਦੀ ਜ਼ਿੰਮੇਵਾਰੀ ਉਸਦੇ ਇੱਕ ਮੋਹਦਵਾਰ ਬੰਦੇ 'ਤੇ ਹੈਗੀ ਆ। ਉਹ ਬੰਦੇ ਬਿਲਕੁਲ ਫਰੀ ਘੁੰਮਦੇ ਪਏ ਨੇ, ਉਹਨਾਂ ਨੂੰ ਘਰ 'ਚ ਰਾਸ਼ਨ ਦੀ ਦਿੱਕਤ ਆ ਰਹੀ ਆ, ਪੈਸਾ ਉਹਨੂੰ ਖਰਚਣ ਵਾਸਤੇ ਨਹੀਂ ਹੈਗਾ। ਔਰ ਜ਼ਿਮੀਂਦਾਰ ਵਾਸਤੇ ਨਾ ਇੱਕ ਡੀਜ਼ਲ ਮੁਹੱਈਆ ਕਰਵਾਇਆ ਜਾਵੇ ਅਤੇ ਲੇਬਰ ਨੂੰ ਕੁਝ ਛੂਟ ਦਿੱਤੀ ਜਾਵੇ ਤਾਂ ਕਿ ਉਹ ਆਪਣੀ ਫਸਲ ਉਗਾ ਸਕਣ ਅਤੇ ਅਗਲੀ ਫਸਲ ਤਦ ਹੀ ਉੱਗੇਗੀ, ਟਾਈਮ ਸਿਰ ਬੀਜੀ ਜਾਏਗੀ। ਹੁਣ ਗੰਨੇ ਦੀ ਬਿਜਾਈ ਦਾ ਸਮਾਂ ਹੈ ਜੋ ਨਿਕਲਦਾ ਜਾ ਰਿਹਾ, ਜੇ ਇਸ ਤਰ੍ਹਾਂ ਨਿਕਲ ਗਿਆ ਤਾਂ ਗੰਨੇ ਦੀ ਬਿਜਾਈ ਬਿਲਕੁਲ ਨਹੀਂ ਹੋਏਗੀ। ਹਜੇ ਗੰਨਾ ਖੜਾ ਵੀ ਹੈਗਾ, ਦੇਖੋ ਇਹ ਸਾਹਮਣੇ, ਠੀਕ ਆ ਜੀ, ਸਰੋਂ ਪੱਕ ਗਈ ਹੈ, ਉਹਦਾ ਵੀ ਨੁਕਸਾਨ ਆ। ਕਿਸਾਨ ਤੇਲ ਕਿੱਥੋਂ ਲੈਣਗੇ ਜੋ ਵੇਚੀ ਘਿਰ ਗਈ ਜਾਂ ਫਸਲ ਦੀ ਬਿਜਾਈ ਨਾ ਹੋਈ। ਇਸ ਕਰਕੇ ਬੇਨਤੀ ਕਰਦਾ ਹਾਂ ਕਿ ਸਰਕਾਰ ਨੂੰ ਕੁਝ ਨਾ ਕੁਝ ਜ਼ਿਮੀਂਦਾਰ ਵਾਸਤੇ ਸੋਚਿਆ ਜਾਵੇ, ਕਿਸਾਨੀ ਦੇ ਨਾਲ ਨਾਲ ਮਜ਼ਦੂਰਾਂ ਨੂੰ ਵੀ ਬਚਾਇਆ ਜਾ ਸਕੇ। ਤੁਸੀਂ ਕੀ ਕੰਮ ਕਰਦੇ ਹੋ ਜੀ? ਮਿਹਨਤ ਮਜ਼ਦੂਰੀ ਕਰਦੇ ਹਾਂ। ਕਿਹੜੀ ਜਗ੍ਹਾ ਤੋਂ ਆਏ? ਬਿਹਾਰ, ਪੂਰਨੀਆ ਜ਼ਿਲ੍ਹਾ। ਹੁਣ ਤੁਹਾਨੂੰ ਕੰਮ ਵਗੈਰਾ ਇੱਥੇ ਮਿਲਿਆ ਹੈਗਾ ਜਾਂ ਨਹੀਂ? ਅੱਜ 15 ਦਿਨ ਸੇ ਬੈਠੇ ਹਾਂ, ਕੋਈ ਕੰਮ ਧੰਦਾ ਹੈ ਨਹੀਂ, ਕੋਈ ਕੰਮ ਧੰਦਾ ਹੈ ਨਹੀਂ। ਕਿਸਾਨ ਪੈਸੇ ਦੇਣੇ ਮੈਂ ਦਿੱਕਤ ਕਰ ਰਿਹਾ, ਕੰਮ ਹੈ ਨਹੀਂ ਤਾਂ ਪੈਸੇ ਕਹਾਂ ਸੇ ਦੇਗਾ। 15 ਦਿਨ ਸੇ ਇੱਧਰ ਮੰਨ ਕੇ ਚਲੋ ਭੁੱਖੇ ਰਹਿ ਰਹੇ ਹਾਂ ਹਮ ਲੋਕ, ਨਾ ਕੋਈ ਕਹਿਣੇ ਵਾਲਾ ਨਾ ਪੁੱਛਣੇ ਵਾਲਾ, ਕਿਆ ਹੋ ਰਿਹਾ ਹੈ ਕਿਆ ਨਹੀਂ। ਕੌਣ ਸੀ ਸਟੇਜ ਸੇ ਆਏ ਆਪ? ਮੈਂ ਪੂਰਨੀਆ। ਕਿਤਨੇ ਆਦਮੀ ਆਪਕੇ ਸਾਥ ਕੰਮ ਕਰਤੇ ਹੈ? 13 ਆਦਮੀ। ਔਰ ਆਪ ਸਰਕਾਰ ਸੇ ਕਿਆ ਮੰਗ ਕਰਤੇ ਹੈ? ਮੰਗ ਕਿਆ ਕਰਾਂਗੇ ਕਿ ਥੋੜ੍ਹਾ ਹਮ ਲੋਕ ਕਾ ਧਿਆਨ ਕਰੇ। ਮੇਰਾ ਨਾਮ ਹੀਰਾ ਸਿੰਘ, ਸਾਨੂੰ ਗੁਰੂ ਕਮਲ ਸਿੰਘ, ਪਿੰਡ ਕੋਠੀ ਪ੍ਰੇਮ ਸਿੰਘ, ਡਿਸਟ੍ਰਿਕਟ ਪਠਾਨਕੋਟ ਤੋਂ ਬੋਲ ਰਿਹਾ ਜੀ। ਮੈਂ ਇੱਕ ਕਿਸਾਨ ਹਾਂ ਜੀ, ਮੇਰੇ ਅੱਜ 15 ਦਿਨ ਤੋਂ ਬਿਲਕੁਲ ਕੰਮ ਬੰਦ ਹੈ ਜੀ। ਨਾ ਸਾਨੂੰ ਡੀਜ਼ਲ ਮਿਲ ਰਿਹਾ ਟਰੈਕਟਰਾਂ ਵਾਸਤੇ, ਨਾ ਸਾਨੂੰ ਗੱਡੀਆਂ ਵਾਸਤੇ ਤੇਲ ਮਿਲ ਰਿਹਾ, ਨਾ ਸਾਨੂੰ ਲੇਬਰ ਵਾਸਤੇ ਕਿਤੋਂ ਪੈਸਾ ਮਿਲ ਰਿਹਾ। ਬੈਂਕ ਸਾਰੇ ਬੰਦ ਆ, ਕੰਮ ਸਾਰੇ ਬੰਦ ਆ ਜੀ, ਏਟੀਐਮ ਬੰਦ ਆ। ਲੇਬਰ ਮੇਰੇ ਕੋਲ 15 ਬੰਦੇ ਅਸੀਂ ਵਿਹਲੇ ਬੈਠੇ ਜੀ 15 ਦਿਨ ਤੋਂ। ਅਸੀਂ ਉਹਨਾਂ ਨੂੰ ਵਿਹਲੇ ਬਹਿ ਕੇ ਕਿੰਨਾ ਕੁ ਖਾਣ ਨੂੰ ਦਿਆਂਗੇ ਜੀ, ਜਦੋਂ ਸਾਡੇ ਘਰ 'ਚ ਰਾਸ਼ਨ ਨਹੀਂ ਆ ਰਿਹਾ, ਦੁਕਾਨਾਂ ਬੰਦ ਆ, ਸਭ ਕੁਝ ਹਾਲੀ ਬੰਦ ਆ। ਜੇ ਤਾਂ ਸਰਕਾਰ ਨੇ ਇਸਦਾ ਕੋਈ ਸਲਿਊਸ਼ਨ ਕੱਢਣਾ ਤਾਂ ਇਹਦਾ ਜਲਦੀ ਜਲਦੀ ਕੋਈ ਹੱਲ ਕੀਤਾ ਜਾਵੇ, ਨਹੀਂ ਤਾਂ ਅੱਜ ਵੀ ਖਤਮ ਹੈ ਅਤੇ ਕੱਲ੍ਹ ਤੋਂ ਵੀ ਕਿਸਾਨੀ ਖਤਮ ਹੈ। ਗਰੀਬ ਵਰਗ ਵੀ ਬਹੁਤ ਦੁਖੀ ਹੈ, ਜਿਹੜੇ ਅਨਰਜਿਸਟਰਡ ਮਜ਼ਦੂਰ ਹੈ ਉਹਨਾਂ ਨੂੰ ਤਾਂ ਕੋਈ ਰੁਜ਼ਗਾਰ ਦਾ ਸੋਰਸ ਨਹੀਂ, ਜਿਨ੍ਹਾਂ ਨੇ ਹੋਣ ਤੋਂ ਮੁਫਤ ਹੈ, ਉਹ ਕਿੱਥੋਂ ਖਾਣਗੇ? ਵਿਹਲੇ ਬੈਠੇ ਆ ਜੀ, ਕੋਈ ਨਹੀਂ, ਸਾਰੀ ਦੁਨੀਆ ਹਾਹਾਕਾਰ ਮਚੀ ਪਈ ਹੈ। ਕਿਹੜੀ ਕਿਹੜੀ ਫਸਲ ਤੁਸੀਂ ਜਿਹੜੀ ਹੁਣ ਤੱਕ ਬੀਜੀ ਹੈ ਅਤੇ ਕਿਹੜੀ ਬੀਜਣ ਵਾਲੀ ਰਹਿੰਦੀ ਹੈ? ਸਰ, ਸਾਡੇ ਮੇਨ ਇੱਥੇ ਗੰਨੇ ਦੀ ਫਸਲ ਹੈ ਜੀ, ਜਿਹੜੀ ਬਿਜਾਈ ਤੋਂ ਰੁਕੀ ਪਈ ਹੈ 15 ਦਿਨ ਤੋਂ। ਨਾ ਸਾਨੂੰ ਖਾਦ ਮਿਲ ਰਹੀ ਹੈ, ਨਾ ਤੇਲ ਮਿਲ ਰਿਹਾ, ਨਾ ਦਵਾਈਆਂ, ਨਾ ਬੀਜ, ਕੁਛ ਨਹੀਂ ਮਿਲ ਰਿਹਾ। ਅਤੇ ਲੇਬਰ ਵੀ ਸਾਡੀ ਬਿਹਲੀ ਕਹਿ ਰਹੀ ਹੈ ਵੀ ਸਾਨੂੰ ਸਰਦਾਰ ਜੀ ਹਿਸਾਬ ਕਰੋ ਅਤੇ ਪੈਸੇ ਦੇ, ਬੈਂਕ ਬੰਦ ਹੈ, ਪੈਸੇ ਮਿਲ ਨਹੀਂ ਰਹੇ, ਕਿੱਦਾਂ ਉਹਦਾ ਹਿਸਾਬ ਕਰੀਏ ਅਤੇ ਕਿੱਥੋਂ ਖੇਤੀ ਚਲਾਈਏ ਕੰਮ ਜੀ। ਬਿਲਕੁਲ ਬਹੁਤ ਬੁਰਾ ਹਾਲ ਹੈ ਪੰਜਾਬ ਦਾ। ਸਰਕਾਰ ਤੋਂ ਇਹੋ ਮੰਗ ਕਰਦੇ ਹਾਂ ਵੀ ਇਹਦੇ ਕੋਈ ਸਲਿਊਸ਼ਨ ਕੱਢਿਆ ਜਾਵੇ, ਜਿਹੜਾ ਸਾਨੂੰ ਕੁਛ ਟਾਈਮ ਦਿੱਤਾ ਜਾਵੇ, ਤੇਲ ਦਾ, ਡੀਜ਼ਲ, ਖਾਦ ਕਿਸ ਟਾਈਮ ਲੈ ਸਕੀ ਜਾ ਕੇ, ਤਾਂ ਕਿਰਪਾ ਕਰਕੇ ਘੰਟਾ ਦੋ ਘੰਟੇ ਵਾਸਤੇ ਵੀ ਦੁਕਾਨਾਂ ਖੁੱਲ੍ਹੀਆਂ ਮਿਲਣੀਆਂ ਚਾਹੀਦੀਆਂ, ਜਿੱਥੋਂ ਜ਼ਰੂਰੀ ਵਸਤਾਂ ਦੀ ਲੋੜ ਹੈ ਉਹ ਲੈ ਸਕੀਏ। ਪੰਡਿਤ ਕਾਸ਼ੀ ਰਾਮ ਜੀ,
हर समस्या का समाधान घर बैठे करवाओ। मनचाया कम, कारोबार विच रुकावट, वशीकरण करवाना जा तुड़वाना, लव मैरिज किता करवाया, संतान हीनता, सस नू अते पति पत्नी च अनबन, गुप्त रोग, कोर्ट केस, तलाक करवाना जा ना करवाना, खो चुका प्यार, प्यार विच धोखा, गुप्त रोग तो परेशान, सोतन जा दुश्मन तो छुटकारा, हर समस्या दा घर बैठे समाधान करवाओ। पंडित काशीराम जी, आज ही फोन करो